ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਮੈਂ ਤੁਹਾਡਾ ਆਪਣਾ ਮੁਹੰਮਦ ਉਸਮਾਨ ਉਮੀਦ ਕਰਦਾ ਕਿ ਸਰ ਭਰਾ ਠੀਕ ਹੋਣਗੇ ਖੈਰਸ ਹੋਣਗੇ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਅਦਾ ਵੱਲੋਂ ਕਰਦੇ ਹਨ ਸ਼ੁਰੂ ਸਰ ਭਰਾ ਸਾਡੇ ਚੈਨਲ 'ਤੇ ਨਵੇਂ ਹਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਲਾਇਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ ਟਾਈਮ ਹੋ ਰਿਹਾ ਫਿਲਹਾਲ 8 ਵਜੇ ਦਾ ਸੁਬਹਾ ਸੁਬਹਾ ਦਾ ਫਿਲਹਾਲ ਰਾਤੀ ਇੱਕ ਤਾਂ ਬਿੱਲੀ ਲੈ ਗਈ ਇਹਨਾਂ 'ਚੋਂ ਬਾਕੀ ਡਰ ਦੇ ਮਾਰੇ ਫਿਲਹਾਲ ਜਿਹੜਾ ਬਾਹਰ ਹੀ ਨਹੀਂ ਨਿਕਲਦੇ ਤੋ ਰਾਤ ਮਗਰਬ ਟਾਈਮ ਮੈਂ ਨਾ ਅਵਤਾਰੀ ਕਰ ਮੈਂ ਅਵਤਾਰੀ ਤੋਂ ਪਹਿਲਾਂ ਨਾ ਮੈਂ ਧੱਕ ਦਿੰਦਾ ਸੀ ਅਤੇ ਰਾਤੀ ਮੈਂ ਕਿਹਾ ਚਲੋ ਅਵਤਾਰੀ ਅਵਤਾਰ ਉਹ ਗਾਵਾਂ ਗੁਵਾਂ ਚੋ ਕੇ ਨਾ ਸ਼ਾਮ ਨੂੰ ਉਦੋਂ ਢੱਕਦਾ ਭਾਈ ਉਦੋਂ ਢੱਕਣ ਲੱਗਾ ਤਾਂ 4 ਹੋ ਗਏ ਇੱਕ ਕੱਟ ਗਿਆ ਵੇਖਿਆ ਤਾਂ ਬਾਅਦ 'ਚ ਚਾਚੇ ਦਾ ਬਿੱਲਾ ਜਿਹੜਾ ਨਾ ਇੱਕ ਮਰੋਚ ਕੇ ਲੈ ਗਿਆ ਤੋ ਉਹਦੇ ਕੋਲ ਛੁਡਾਇਆ ਅਤੇ ਹਲੇ ਕਾ ਉਹ ਲੱਭ ਹੀ ਨਹੀਂ ਗਿਆ ਹੁਣ ਪਤਾ ਨਹੀਂ ਕਿੱਧਰ ਨਿਕਲ ਗਿਆ ਪਹਿਲਾਂ ਹਾਲ ਚਾਲ ਰਹੇ ਉਹ ਡਰ ਦੇ ਮਾਰੇ ਹੁਣ ਬਾਹਰ ਹੀ ਨਿਕਲਦੇ ਆ ਖਰਗੋਸ਼ ਜਿਹੜੇ ਸੀ ਉਹਦੇ ਬੈਠੇ ਉੱਥੇ ਵਿੱਚ ਹੀ ਬੈਠੇ ਆ ਫਿਲਹਾਲ ਜਿਹੜਾ ਬਾਹਰ ਆਉਣਗੇ ਤਾਂ ਫਿਰ ਹੀ ਆ ਪੱਠੇ ਸਿੱਟਾਂਗੇ ਤਾਜ਼ੇ ਅਤੇ ਫਿਰ ਬਾਹਰ ਕੀ ਪਤਾ ਬਾਹਰ ਆਉਣ ਡਰ ਗਏ ਜਾਣਾ ਉਹਨੂੰ ਧੋਣ ਤੋਂ ਫੜ ਕੇ ਚਿੱਟਾ ਸੀ ਨਾ ਜਿਹੜਾ ਦੋ ਚਿੱਟੇ ਸੀ ਅਤੇ ਇੱਕ ਚਿੱਟਾ ਜਿਹੜਾ ਸੀ ਨਾ ਉਹ ਲੈ ਗਿਆ ਬਿੱਲਾ ਚਲੋ ਉਹਦਾ ਹੀ ਹੁਣ ਹੱਲ ਕਰੀ ਨਹੀਂ ਤਾਂ ਉਹਨੇ ਤਾਂ ਫੜ ਲਈ ਜਾਣੀ ਆ ਕਿੱਡਾ ਚਲਾ ਸੁਫੀ ਪੰਜ ਮਰਲੇ ਪੱਠਿਆਂ ਦੇ ਦਿੱਤੇ ਇੱਕ ਤੂੜੀ ਦੀ ਪੰਡ ਮੌਸਮ ਬੱਦਲ ਹੋ ਗਿਆ ਮੈਂ ਉਹਨਾਂ ਨੂੰ ਕਿਹੜਾ ਦੇਖਦਾ ਨੀ ਤੈਨੂੰ ਜ਼ਿਆਦਾ ਪਤਾ ਹੈ ਬੱਦਲ ਹੋ ਗਿਆ ਵਾਹ ਪੱਕੀ ਪਈ ਜਲਦੀ ਜਲਦੀ ਪੱਠੇ ਪਾ ਚਿੜਕੀ ਨਾ ਪੱਠੇ ਅੱਜ ਪਾ ਦੇ ਕਿਉਂ ਤੈਨੂੰ ਮੋਬਾਈਲ ਚਾਹੀਦਾ ਕਿੱਡਾ ਚਲਾ ਆ ਗਈ ਫਿਲਹਾਲ ਦੋਸਤ 4 ਵਜੇ ਦਾ ਟਾਈਮ ਹੋ ਗਿਆ ਅਤੇ ਪੱਠੇ ਪਾਈਏ ਸੂਰਜ ਅੱਗੇ ਬਦਲੀ ਆਈ ਤਾਂ ਵੇਖੀ ਉਹ ਵੇ ਅਤੇ ਛਾਂ ਹੀ ਛਾਂ ਹੋ ਗਈ ਉਹ ਆ ਦੇਖ ਲਓ ਠੰਡੇ ਹਰ ਕੇ ਲੰਘਣਗੇ ਪੱਠੇ ਪਾਈਏ ਰਹਿਣ ਦੀਏ ਤੈਨੂੰ ਮੋਬਾਈਲ ਚਾਹੀਦਾ ਇਹਨੂੰ ਭਾਈ ਸਾਹਿਬ ਜਦੋਂ ਮੈਂ ਕੰਮ ਕਰਾਉਣਾ ਕੇ ਪਾਉਣਾ ਕਹਿੰਦੇ ਉਨੇ ਦੇਰ ਮੈਨੂੰ ਮੋਬਾਇਲ ਸਾਨੂੰ ਮੋਬਾਇਲ ਦੇ ਦਿਆ ਕਰ ਜਿੰਨੇ ਦੇ ਦੇ ਤੂੰ ਕੰਮ ਕਰਨਾ ਹੁੰਦਾ ਅਤੇ ਇਹ ਭਾਈ ਮੈਂ ਅੱਗੇ ਪਿੱਛੇ ਫਿਰਦੇ ਰਹਿੰਦੇ ਆ ਤੂੰ ਹੁਣ ਆਪਾਂ ਪੱਠੇ ਪਾਈਏ ਇੰਨੇ ਮੋਬਾਇਲ ਲੈਣਾ ਹੁਣ ਛਿਟਕੀ ਨੇ ਵਾਜ਼ੇ ਅਸੋ ਵਾਢਾ ਇੱਕ ਮੁੱਠ ਪੱਠਿਆਂ ਦੀ ਅੱਛਾ ਬਿੱਲਾ ਪੈ ਕੇ ਮੈਨੂੰ ਕੀ ਦੱਸਦਾ ਪਿਆ ਲੈ ਕੇ ਜਾਣ ਓਹ ਵੱਡੇ ਹੋਏ ਆ ਚੱਕ ਲੈਣੇ ਮਾੜੇ ਜੇ ਲੈਣੇ ਆ ਨਹੀਂ ਨਹੀਂ ਪੱਠੇ ਤੇ ਵੇਖ ਇੱਕ ਮੁੱਠ ਲਈ ਜਾਂਦਾ ਚੋਰਾਂ ਵੇਖਣ ਦੇ ਆ ਵੇਖ ਤੈਨੂੰ ਅੱਗੇ ਬਿੱਲਾ ਭਜਾ ਨਹੀਂ ਸਕਿਆ ਕੱਲ ਇੱਕ ਫੜ ਲੱਗਿਆ ਤੇ ਅੱਜ ਫੇਰ ਆਇਆ ਹੋਇਆ ਸੀ ਬਿੱਲਾ ਹੁਣ ਸ਼ੁਕਰ ਕੈਮਰਾ ਆਨ ਨਹੀਂ ਕੀਤਾ ਭੱਜ ਗਿਆ ਵੱਟਾ ਆਇਆ ਲੱਕ ਚ ਆਉਣ ਲੱਗਾ ਸੀ ਬਚ ਗਿਆ ਨਿਕਲਦੀ ਨਹੀਂ ਹੁੰਦੀ ਨਹੀਂ ਅੱਗੇ ਭੱਜ ਕੇ ਬਾਹਰ ਆ ਜਾਂਦੇ ਸੀ ਹੁਣ ਆਉਂਦੀ ਨਹੀਂ ਗੀ ਜਲਦੀ ਡਰੇ ਹੋਏ ਆ ਹਲੇ ਸਾਹਿਬ ਬਚ ਗਿਆ ਨਹਿੰਦਾ ਹੈਗਾ ਬੰਦੋਬਸਤ ਕਰਨਾ ਪੈਣਾ ਫੜ ਕੇ ਪਾ ਕੇ ਬੋਰੇ 'ਚ ਨੱਪ ਕੇ ਅਤੇ ਉਹਨੂੰ ਛੜੱਪੇ ਛੱਡ ਕੇ ਆਉਣਾ ਆਇਆ ਜੀ ਇੱਕ ਤਾਂ ਆਇਆ ਜੀ ਬਾਹਰ ਇੱਕ ਆਇਆ ਜੀ ਦੂਜਾ ਵੀ ਆਇਆ ਜੀ ਆ ਕਾਲੀ ਜੀ ਕੱਲ੍ਹ ਹੁਣ ਸ਼ਾਮੀ ਵੜਦੀ ਨਹੀਂ ਸੀ ਡਰਦੀ ਮਾਰੀ ਆਇਆ ਜੀ ਚੌਥਾ ਵੀ ਬਾਹਰ ਡਰਦੇ ਵਾਲੇ ਨਹੀਂ ਤਾਂ ਕੱਲ੍ਹ ਅੱਗੇ ਭੱਜੇ ਫਿਰਦੇ ਸੀ ਅੰਜ ਪਿਛਲੀ ਵੀਡੀਓ ਤੁਸੀਂ ਦੇਖਿਆ ਹੀ ਆ ਕਿੱਦਾਂ ਭੱਜਦੇ ਸੀ ਅਤੇ ਅੱਜ ਡਰਦੇ ਨਿਕਲਦੇ ਨਹੀਂ ਕਿਉਂਕਿ ਬਿੱਲਾ ਨਹੀਂ ਜਾਣ ਛੱਡਦਾ ਜੀ ਨਿਕਲੂ ਗਿਆ ਖਾਣ ਲੱਗ ਪਏ ਆ ਹੁਣ
ਇੱਕ ਡਾਰ ਦਾ ਫੇਰ ਵੜ ਗਏ ਵਿੱਚ। ਕਾਵੇ ਖੁੱਡ ਬਾਹਰ ਪੜਨੀ ਸ਼ੁਰੂ ਕੀਤੀ ਹੈ ਇਹਨਾਂ ਨੇ। ਫਿਲਹਾਲ ਜਿਹੜੀਆਂ ਕਣਕਾਂ ਪੱਕੀ ਜਾਂਦੀਆਂ ਹੋਵੇ ਕਿੱਦਾਂ ਦੀਆਂ ਹੋਵੇ, ਪੱਕ ਗਈਆਂ ਸੁੱਕਣ ਨਹੀਂ ਆਉਣਾ ਹੁਣ। ਚਲੀਏ ਹੁਣ ਲੋਏ ਦੋਸਤ, ਫਿਲਹਾਲ ਜਾਣਾ ਨਾ ਆਵੇ ਕੀ ਹਾਲਤ ਬਣੀ ਪਈ ਆ। ਪਹਿਲਾਂ ਤਾਂ ਕੱਪੜੇ ਬਦਲੀਏ ਨਹਾ ਕੇ ਅਤੇ ਚੁਟਕੀ ਜਿਹੀ ਬਦਲ ਗਿਆ ਉਹਨੇ, ਫਿਰ ਨਹਾ ਸ਼ਹਾ ਕੇ ਤਿਆਰ ਹੋ ਗਏ, ਕੰਘੀ ਸ਼ੰਘੀ ਵਾਹ ਕੇ ਮਾਸ਼ਾਅੱਲਾ ਪੱਪੂ ਸ਼ੱਪੂ ਬਣ ਗਏ ਆ, ਸਿੱਧਾ ਟਕਲਾ ਵੀ ਆ ਗਿਆ। ਖਾਂਸੀ ਸ਼ੁਰੂ ਫਿਲਹਾਲ ਮਾਸ਼ਾਅੱਲਾ ਜਦੋਂ ਨਹਾ ਲਿਆ ਗੋਰਾ ਹੋ ਗਿਆ ਗੋਰਾ। ਮੈਂ ਤੇਰੇ ਨਾਲ ਮੈਂ ਨਹਾਤਾ ਬਣੀ ਪਹਿਲਾਂ ਹੀ ਭੈੜਾ ਜਿਹਾ ਲੱਗਣ ਲੱਗ ਪਿਆ ਗੰਜਾ। ਫਿਲਹਾਲ ਜਿਹੜਾ ਬਿੱਲਾ ਨਾ ਹੁਣ ਫਿਰ ਦਾ ਨਲੀ ਪੂੰਝਤੀ ਉਹ ਬਿੱਲਾ ਫਿਰ ਦਾਲ ਲਾਉਣ ਦੀ ਕੋਸ਼ਿਸ਼ ਕਰਦਾ, ਇੱਕ ਦੋ ਵਾਰੀ ਆਇਆ ਕਿੱਥੇ ਘੁਬਾੜੀ ਤੇ ਵੱਟਾ ਚੱਕ ਲਈ ਜਦੋਂ ਆਇਆ ਭਾਈ ਸਾਹਿਬ ਦਾਲ ਟਕੜਿਆ ਜਾ ਅਗਲਾ ਪਤਾ ਨਹੀਂ ਕਦੋਂ ਆਉਣੀ ਆ ਉਹ ਦਾਲ ਆਉਂਦਾ ਜ਼ਰੂਰ ਆ ਜਦੋਂ ਆਉਂਦਾ ਨਾ ਦਾਲ ਆਉਂਦਾ ਅੱਗੇ ਆਇਆ ਸੀ ਨਾ ਬਚ ਗਿਆ ਹੁਣ ਫਿਰ ਆਊਗਾ ਆਊਗਾ ਜ਼ਰੂਰ ਆਇਆ ਕਿ ਨਹੀਂ ਉਹਨੂੰ ਸੁੱਕਾ ਜਾਣ ਦੇਣਾ। ਦੋ ਤਿੰਨ ਵਾਰ ਝੰਬਤਾ ਫਿਰ ਨਹੀਂ ਆਉਂਦਾ, ਗਰੀਬ ਡਰਦੇ ਮਾਰਦੇ ਹੁਣ ਡਰ ਡਰ ਕੇ ਬਾਹਰ ਨਿਕਲਦੇ ਆ। ਆਹ ਦੇਖੋ ਨਾ ਵੇਖ ਕੌਣੀ ਆਉਣਾ ਹੁਣ ਖਾ ਲੈਂਦੇ ਨੇ ਪੱਠੇ ਪਤਾ ਨਹੀਂ। ਆਹ ਚਿੱਟੇ ਦੇ ਨਾਲ ਦਾ ਅਸੀਂ ਜਿਹੜਾ ਲੈ ਗਏ ਆ ਜੀ ਤੇ ਦੋ ਚਿੱਟੇ ਨਾ ਕੁਹਾੜੀ ਵੱਡੀ ਆ ਵੱਡੀ ਵੱਡੀ ਆ ਕੇ ਪੈਂਚਰ ਹੋਈ ਹੋਈ ਆ ਉਹਦੇ 'ਚ, ਗਰੀਬ ਨੂੰ ਪੈਂਚਰ ਵੀ ਨਹੀਂ ਲਵਾਇਆ ਮਾਸ਼ਾਅੱਲਾ। ਜਦੋਂ ਇੱਧਰ ਨਿਕਲਦੇ ਹਰਿਆਲੀ ਹਰਿਆਲੀ ਨਜ਼ਰ ਆਉਂਦੀ ਉਹ ਇੱਧਰ ਬਾਹਰ ਆਈ ਜਾਂਦਾ ਤੇ ਮਾਵੀਆ ਦਾ ਮਾਮਾ ਆ ਗੱਡੀ ਦੇ ਮਾਵੀਆ ਦਾ ਸਾਈਂ ਇਹ ਸਾਡੀ ਰੋਜ਼ਾ ਮਹੀਨੇ ਮੁੱਛਾਂ ਵੱਟ ਦੇ ਲਓ ਅੱਗੇ ਨਿੱਕੀਆਂ ਨਿੱਕੀਆਂ ਹੈ ਹਏ ਹਏ ਇੱਧਰ ਲਿਆ ਖਾਈਏ ਨਾ ਭੁੱਖਿਆ ਯਾਰ ਰੋਜ਼ਾ ਰੱਖਣਾ ਨਹੀਂ ਹੁੰਦਾ ਮੈਨੂੰ ਵੀ ਦੇ ਥੋੜੀ ਟਿੱਕੀਆਂ ਕੀ ਇੱਕ ਘਰ ਲੱਭ ਕੇ ਦੇ ਖਾ ਕੇ ਆ ਖਾ ਕੇ ਤਿੰਨ ਚਾਰ ਬੀੜ ਕੇ ਤੇ ਫੇਰ ਆਇਆ ਜੀ ਇੱਕ ਲਿਆਉਣ ਕੇ ਉਹਦੇ 'ਚ ਵੀ ਦਾਲ ਆ ਗਈ ਅੱਧੀ ਟਿੱਕੀ 'ਚੋਂ ਬਣਾਈਆਂ ਨਾ ਘਰ ਦੀਆਂ ਹੁਣ ਬਾਹਰੋਂ ਬੜੀਆਂ ਮਹਿੰਗੀਆਂ ਲੱਭਦੀਆਂ ਇੱਦਾਂ ਹੀ ਆ ਨਾ ਆਵੇ ਦਫ਼ਤਾਰੀ 'ਚ ਕਿੰਨਾ ਟਾਈਮ ਰਹਿ ਗਿਆ ਮੇਰੇ ਹਿਸਾਬ ਨਾਲ ਕਿੰਨਾ ਰਹਿ ਗਿਆ ਦਸ ਮਿੰਟ ਦਸ ਪੰਦਰਾਂ ਮਿੰਟ ਰਹਿੰਦੇ ਆ ਫਿਲਹਾਲ ਉਹਨੂੰ ਠਰ ਜਾਣੀ ਮੁੰਝ ਪਾਣੀ ਆਉਂਦਾ ਜਾਂ ਮੇਰੇ ਬਥੇਰਾ ਹੁੰਦਾ ਪਿਆ ਯਾਰ ਚਲੋ ਸਬਰ ਕਰੋ ਸਬਰ ਦੱਸੋ ਟਿੱਕੀ ਬੰਨੇ ਵੇਖ ਖੁਸ਼ਬੂ ਜਿੰਨੀ ਪਿਆਰੀ ਹੈਗੀ ਹੈ ਨਾ ਫਿਰ ਹੋਰ ਵੱਡੀ ਹੋਈ ਹੋਈ ਟਿੱਕੀ ਆਏ ਆਪਣੀ ਗਾਜੀ ਪਾਉਂਦਾ ਤੇਲ ਤੂਲ ਲਾਉਂਦਾ ਨਹੀਂ ਆ ਉਹ ਮਸਲਾ ਮੈਂ ਚੰਗਾ ਹੁਣ ਵੱਡੇ ਹੋ ਗਏ ਗਿਰਾਂ ਵੱਡੇ ਤੇ ਨਹੀਂ ਹੋਏ ਉਹਦੇ ਦੇ ਉਹਦੇ ਹੀ ਆ ਲੋ ਜੀ ਫਿਲਹਾਲ ਜਿਹੜਾ ਨਾ ਆਈ ਵੀਡੀਓ ਦੇ ਇੱਥੇ ਕਰਦੇ ਐਂਡ ਉਮੀਦ ਕਰਦਾ ਇਹਦੀ ਵੀਡੀਓ ਅੱਛੀ ਹੋਗੀ ਲਾਈਕ ਨਾ ਸਾਡੇ ਚੈਨਲ ਅੱਛੀ ਲੱਗੀ ਹੋਏਗੀ ਯਾਰ ਅੱਛੀ ਲੱਗੀ ਹੋਏਗੀ ਲਾਈਕ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤਾਂ ਨੂੰ ਸ਼ੇਅਰ ਕਰਨਾ ਮਿਲਦੇ ਫਿਰ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਹਾਫਿਜ਼ ਖਾਓ ਟਿੱਕੀ ਫਿਰ ਬੱਲੇ ਮੋਜਾ ਮਾਰੋ ਵੇਖ ਆਏ ਹਾਏ ਉਹ ਹੱਥ ਸੜ ਗਿਆ ਜੀ ਫਿਲਹਾਲ ਮੈਂ ਕਿਹਾ ਅਵਤਾਰ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮੱਝਾਂ ਮੁੱਝਾਂ ਝੋੜ ਲਈਏ ਉਹ ਹੁਣ ਝੋਂਦੇ ਆ ਵਾਂ ਲੱਤ ਨਾ ਮਾਰਦੀ ਪਿੱਛੇ ਚੋਲੀ ਹੈ ਚੋਲੀ